ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬੀਏਡ ਦੇ ਸੈਮ 1 ਦੇ ਐਗਜ਼ਾਮ 10 ਜਨਵਰੀ ਦੇ ਲਗਭਗ ਸ਼ੁਰੂ ਹੋ ਜਾਣਾਰੇ ਨੇ ਇਹ ਡੇਟ ਅਫੀਸ਼ੀਅਲ ਹੈ ਯੂਨੀਵਰਸਿਟੀ ਨੇ ਜੋ ਇਨਫੋਰਮੇਸ਼ਨ ਦਿੱਤੀ ਹੈ ਉਸ ਦੇ ਮੁਤਾਬਕ ਹੈ ਇਹ ਪੇਪਰ ਲੇਟ ਨਹੀਂ ਹੋ ਰੇ ਕਾਰਨ ਇਹ ਕਿ ਐਡਮਿਸ਼ਨ ਲੇਟ ਹੁੰਦੀ ਹੈ ਵਰਕਿੰਗ ਰੀਜ਼ ਪੂਰੇ ਕਰਨੇ ਹੁੰਦੇ ਆ ਉਸ ਦੇ ਅਕੋਰਡਿੰਗਲੀ ਇਹ 10 ਜਨਵਰੀ ਬਣ ਰਹੀ ਹੈ ਜਿਵੇਂ ਕਿ ਗੁਰਨਾਣਕ ਦੇਵ ਯੂਨੀਵਰਸਿਟੀ ਨੇ 20 ਤਰੀਕ ਦਿੱਤੀ ਹੋਈ ਹੈ ਹੋ ਸਕਦਾ ਉਸ ਤੋਂ ਪਹਿਲਾਂ ਜਾਂ ਅੱਗੇ ਹੋ ਜਾਣ ਸੋ ਪੰਜਾਬੀ ਯੂਨੀਵਰਸਿਟੀ ਦੀ ਇਹ ਡੇਟ 10 ਜਨਵਰੀ ਹੈ